ਦੋਸਤੋ ਮੈਂ ਤੁਹਾਡਾ ਦੋਸਤ ਮੰਨੂ ਮੋੜ ਤੇ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਆਪਾਂ ਸਿੱਧਾ ਮੋਟਿਵ ਦੇ ਆਉਂਦੇ ਹਾਂ ਅਤੇ ਗੱਲ ਕਰਦੇ ਹਾਂ SSC CGL ਵੱਲੋਂ ਆਈ ਜੋਬ ਰਿਕਰੂਟਮੈਂਟ ਦੀ। ਅਤੇ ਦੋਸਤੋ ਇਹ ਇਸ ਦਾ ਆਪਸ਼ਨ ਨੋਟੀਫਿਕੇਸ਼ਨ ਹੈ। ਕਿਸੇ ਵੀ ਜੋਬ ਰਿਲੇਟਡ ਵੀਡੀਓ ਦੇਖਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਲਾਸਟ ਡੇਟ ਦਾ ਪਤਾ ਹੋਣਾ ਚਾਹੀਦਾ। ਇੱਥੇ ਆਪਾਂ ਚੈੱਕ ਕਰ ਸਕਦੇ ਹਾਂ 31/1/2021 ਦੀ ਲਾਸਟ ਡੇਟ ਹੈ। ਸੋ ਇੱਕ ਇਨਫੋਰਮੇਸ਼ਨ ਹੋਰ, ਪੰਜਾਬ ਪਟਵਾਰੀ ਦੀ ਜਿਹੜੀ ਜੋਬ ਰਿਕਰੂਟਮੈਂਟ ਦੀ ਅਨਾਊਂਸਮੈਂਟ ਆ ਉਹ ਰਿਲੀਜ਼ ਹੋ ਚੁੱਕੀ ਹੈ। ਉਸਦੀ ਲਾਸਟ ਡੇਟ ਵੀ 31/1/2021 ਹੈ। ਜੇ ਤੁਸੀਂ ਫੋਰਮ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਪੂਰਾ ਡਿਟੇਲ, ਇਗਜ਼ਾਮ ਕਿਸ ਤਰ੍ਹਾਂ ਹੁੰਦਾ, ਸਿਲੇਬਸ ਕੀ ਹੁੰਦਾ ਅਤੇ ਅਪਲਾਈ ਕਿਵੇਂ ਕਰਨਾ ਔਨਲਾਈਨ, ਇਸ ਰਿਲੇਟਡ ਮੈਂ ਆਲਰੇਡੀ ਵੀਡੀਓ ਬਣਾ ਚੁੱਕਿਆ, ਉਹ ਪ੍ਰਾਈਵੇਟ ਦੇ ਤੁਹਾਨੂੰ ਸ਼ੋਅ ਹੋ ਰਹੀ ਹੈ, ਇੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਦੋਸਤੋ ਹੁਣ ਗੱਲ ਕਰਦੇ ਹਾਂ SSC CGL ਦੀ ਪੋਸਟਾਂ ਦੀ। ਦੋਸਤੋ ਕਾਫੀ ਵਧੀਆ ਜੋਬ ਵੈਕੈਂਸੀ ਇਸ ਵਾਰ ਅਨਾਊਂਸਮੈਂਟ ਕੀਤੀ ਹੈ। SSC CGL ਨੇ ਇਹ ਸਾਰੀ ਆਫਿਸਰ ਰੈਂਕ ਦੀ ਪੋਸਟਾਂ ਨੇ ਅਤੇ ਗ੍ਰੈਜੂਏਸ਼ਨ ਲੈਵਲ ਦਾ ਕੈਂਡੀਡੇਟ ਇਸ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ। ਮੈਂ ਪੂਰਾ ਨੋਟੀਫਿਕੇਸ਼ਨ ਤੁਹਾਨੂੰ ਰੀਡ ਕਰਾਉਣ ਲੱਗਾ ਤਾਂ ਬਹੁਤ ਸਾਰਾ ਟਾਈਮ ਜਾਵੇਗਾ ਅਤੇ ਮੇਨ ਮੇਨ ਗੱਲਾਂ ਤੁਹਾਨੂੰ ਮੈਂ ਦੱਸ ਦਿੰਦਾ ਅਤੇ ਇਹ ਇੱਕ ਵਾਰੀ ਤੁਸੀਂ ਰੀਡ ਕਰ ਲਓ। ਇਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਐਂਡ ਦੋਸਤੋ ਜੇ ਤੁਸੀਂ ਇਹ ਪੋਸਟ ਨੂੰ ਮੋਬਾਈਲ 'ਤੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ। ਮੈਂ ਨੈਕਸਟ ਪਾਰਟ ਜਿਹੜਾ ਇਸ ਵੀਡੀਓ ਦਾ ਮੋਬਾਈਲ 'ਤੇ ਕਿਵੇਂ ਅਪਲਾਈ ਕਰਨਾ ਪੂਰੀ ਡਿਟੇਲ ਵਿੱਚ ਤੁਹਾਨੂੰ ਸਮਝਾ ਦਿਆਂਗਾ। ਸੈਲਰੀ ਦੀ ਗੱਲ ਕਰੀਏ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਕਮ ਤੋਂ ਕਮ 29,200 ਤੋਂ ਲੈ ਕੇ 92,300 ਤੱਕ ਅਲੱਗ ਅਲੱਗ ਪੋਸਟ ਦੇ ਹਿਸਾਬ ਨਾਲ ਸੈਲਰੀ ਇਹਨਾਂ ਨੇ ਦੱਸੀ ਹੋਈ ਹੈ। ਐਂਡ ਦੋਸਤੋ ਏਜ ਲਿਮਿਟ ਦੀ ਗੱਲ ਕਰੀਏ, ਜਰਨਲ ਅਤੇ OBC ਕੈਂਡੀਡੇਟ ਵਾਸਤੇ 18-27 ਦੀ ਏਜ ਲਿਮਿਟ ਹੈ ਅਤੇ SC ST ਨੂੰ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ 5 ਸਾਲਾਂ ਦੀ ਛੋਟ ਇੱਥੇ SC ST ਨੂੰ ਮਿਲ ਜਾਂਦੀ ਹੈ ਅਤੇ OBC ਨੂੰ 3 ਸਾਲਾਂ ਦੀ ਛੋਟ ਮਿਲ ਜਾਂਦੀ ਹੈ ਅਤੇ PWD ਕੈਂਡੀਡੇਟ ਨੂੰ 10 ਸਾਲਾਂ ਦੀ। ਬਾਕੀ ਇਹ ਤੁਸੀਂ ਰੀਡ ਕਰ ਸਕਦੇ ਹੋ। ਕੁਆਲੀਫਿਕੇਸ਼ਨ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਬੈਚਲਰ ਡਿਗਰੀ ਕੋਈ ਵੀ BA BCOM BSc ਜਾਂ ਕੋਈ ਵੀ ਸਟਰੀਮ ਵਿੱਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ ਇਸ ਪੋਸਟ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ। ਪੋਸਟ ਨੂੰ ਅਪਲਾਈ ਕਰਨ ਦੀ ਫੀਸ ਦੀ ਗੱਲ ਕਰ ਲਈਏ, ਜਨਰਲ ਕੈਂਡੀਡੇਟ ਵਾਸਤੇ 100 ਰੁਪਏ ਫੀਸ ਹੈ, SC ST ਕੈਂਡੀਡੇਟ ਵਾਸਤੇ ਕੋਈ ਇਸਦੀ ਫੀਸ ਨਹੀਂ ਲੱਗੇਗੀ। ਚਲੋ ਦੋਸਤੋ ਮੰਨ ਲਿਆ ਤੁਸੀਂ ਪੋਸਟ ਭਰ ਦਿੱਤੀ, ਹੁਣ ਕਰਨਾ ਕਿ ਆਪਾਂ ਇਗਜ਼ਾਮ ਦੀ ਤਿਆਰੀ ਕਰਨੀ ਹੈ ਅਤੇ ਇਗਜ਼ਾਮ ਦੀ ਤਿਆਰੀ ਕਰਨ ਵਾਸਤੇ ਆਪਣੇ ਕੋਲ ਸਿਲੇਬਸ ਹੋਣਾ ਚਾਹੀਦਾ। ਇਹ ਸਿਲੇਬਸ ਤੁਹਾਡੇ ਸਾਹਮਣੇ, ਇਹਦਾ ਜਲਦੀ ਨਾਲ ਸਕਰੀਨਸ਼ਾਟ ਲੈ ਲਓ ਦੋਸਤੋ। ਜਨਰਲ ਇੰਟੈਲੀਜੈਂਸ ਐਂਡ ਰੀਜ਼ਨਿੰਗ, ਜਨਰਲ ਅਵੇਅਰਨੈਸ, ਐਪਟੀਟਿਊਡ ਅਤੇ ਇੰਗਲਿਸ਼ ਦਾ ਕੰਪਰੀਹੈਂਸ਼ਨ ਦੇ ਰਿਲੇਟਡ ਕੁਐਸਚਨ ਆਪਣੇ ਤੋਂ ਪੁੱਛੇ ਜਾਣਗੇ। ਜਦੋਂ ਇਹ ਆਪਾਂ ਕੁਆਲੀਫਾਈ ਕਰ ਲੈਂਦੇ ਹਾਂ ਤਾਂ ਸੈਕਿੰਡ ਟਾਇਰ ਦਾ ਐਗਜ਼ਾਮ ਸਟਾਰਟ ਹੁੰਦਾ, ਜਿਸ ਵਿੱਚ ਕੁਆਂਟੀਟੀਵ ਅਵੈਲਿਟੀਜ਼ ਦੇ ਕੁਐਸਚਨ ਆਉਂਦੇ ਨੇ, ਇੰਗਲਿਸ਼ ਲੈਂਗੁਏਜ ਦਾ ਜਿਹੜਾ ਇੱਕ ਪੈਰਾਗ੍ਰਾਫ ਆਉਂਦਾ ਅਤੇ ਸਟੈਟਿਕਸ ਦੇ ਕੁਐਸਚਨ ਆਉਂਦੇ ਨੇ, ਜਨਰਲ ਸਟੱਡੀ ਰਿਲੇਟਡ ਕੁਐਸਚਨ ਆਉਂਦੇ ਨੇ। ਬਾਕੀ ਸਿਲੇਬਸ ਰਿਗਾਰਡਿੰਗ ਮੈਂ ਟੋਪਿਕ ਵਾਈਜ਼ ਕਿ ਜਿਵੇਂ ਕਿ ਐਗਜ਼ਾਮਪਲ ਦੇ ਤੌਰ 'ਤੇ ਇੱਥੇ ਚੈੱਕ ਕਰ ਸਕਦੇ, ਜਨਰਲ ਅਵੇਅਰਨੈਸ ਵਿੱਚ ਕਿਸ ਕਿਸ ਟਾਈਪ ਦੇ ਕੁਐਸਚਨ ਕਿਸ ਕਿਸ ਟੋਪਿਕ ਤੋਂ ਆਉਂਦੇ ਨੇ, ਇਸ ਰਿਲੇਟਡ ਤੁਹਾਨੂੰ ਅਲੱਗ ਇੱਕ ਵੀਡੀਓ ਪ੍ਰੋਵਾਈਡ ਕਰਵਾ ਦੇਗਾ। ਦੋਸਤੋ ਹੁਣ ਆਪਾਂ ਨੂੰ ਸਿਲੇਬਸ ਦਾ ਵੀ ਪਤਾ ਚੱਲ ਗਿਆ, ਹੁਣ ਆਪਣੇ ਮਾਇੰਡ ਵਿੱਚ ਗੱਲ ਆਉਂਦੀ ਹੈ ਕਿ ਆਪਾਂ ਤਿਆਰੀ ਕਿੱਥੋਂ ਕਰੀਏ। ਤਾਂ ਜਿਹੜੀ ਬੈਸਟ ਬੁੱਕ ਨੇ SSC CGL ਵਾਸਤੇ, ਉਸਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜੂ। ਤੁਸੀਂ 2 ਮਿੰਟ ਵਿੱਚ ਔਨਲਾਈਨ ਬੁੱਕ ਨੂੰ ਪਰਚੇਜ਼ ਕਰ ਸਕਦੇ ਹੋ ਅਤੇ 3 ਦਿਨਾਂ ਦੇ ਅੰਦਰ ਤੁਹਾਡੇ ਘਰ ਇਹ ਬੁੱਕ ਪਹੁੰਚ ਜਾਂਦੀ ਹੈ। ਓਕੇ ਦੋਸਤੋ, ਜੇ ਕੋਈ ਦਿੱਕਤ ਆਉਂਦੀ ਇਸ ਨੂੰ ਪਰਚੇਜ਼ ਕਰਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰ। ਔਨਲਾਈਨ ਬੁੱਕ ਨੂੰ ਪਰਚੇਜ਼ ਕਿਵੇਂ ਕਰਦੇ ਨੇ ਅਤੇ ਸਿਲੇਬਸ ਰਿਲੇਟਡ ਵੀਡੀਓ ਇਕੱਠੀ ਹੀ ਬਣਾ ਦਿਆਂਗਾ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।